ਓਏ ਖੁਸ਼ ਆ ਕਿਵੇਂ ਨਿੱਕਾ ਜਿਹਾ ਬੱਚਾ ਯਾਰ ਟਾਇਰਾਂ ਵਾਲੇ ਬੂਟ ਪਾ ਕੇ ਭੱਜ ਆਉਂਦਾ ਇੰਨੀ ਗਰਮੀ ਦੇ ਵਿੱਚ। ਇਹ ਕਿਹੜੀ ਗੇਮ ਆ ਅੱਜ ਆਪਾਂ ਬੱਚੇ ਨੂੰ ਹੀ ਪੁੱਛਦੇ ਆ ਵੀ ਕਿਹੜੀ ਬੇਲੀਓ। ਅਸੀਂ ਨਾ ਰਸਤੇ 'ਚ ਲੰਘ ਰਹੇ ਸੀਗੇ ਅਤੇ ਸਾਨੂੰ ਆਹ ਛੋਟੀ ਜਿਹੀ ਬੱਚੀ ਮਿਲੀ, ਇਹ ਆਪਦੀ ਗੇਮ ਦੀ ਪ੍ਰੈਕਟਿਸ ਕਰ ਰਹੀ ਸੀਗੀ। ਆਪਾਂ ਪੁੱਛਦੇ ਹਾਂ ਵੀ ਕਿਹੜੀ ਗੇਮ ਦੀ ਜਿਹੜੀ ਇਹ ਪ੍ਰੈਕਟਿਸ ਕਰ ਰਹੀ ਆ। ਇਹਦੇ ਨਾ ਟਾਇਰਾਂ ਵਾਲੇ ਬੂਟ ਪਾਏ ਵਿਆ, ਆਪਾਂ ਨੂੰ ਗੇਮ ਦਾ ਨਾਮ ਤਾਂ ਨਹੀਂ ਪਤਾ, ਪਰ ਆਪਾਂ ਇਹ ਛੋਟੀ ਜਿਹੀ ਬੱਚੀ ਤੋਂ ਜਿਹੜੀ ਸਾਰੀ ਜਾਣਕਾਰੀ ਲੈਂਦੇ ਹਾਂ। ਪੁੱਤ ਕੀ ਹਾਲ ਆ? ਠੀਕ ਆ ਜੀ। ਕੀ ਨਾਮ ਪੁੱਤ ਤੇਰਾ? ਜੈਸਮੀਨ। ਜੈਸਮੀਨ, ਕਿਹੜਾ ਪੁੱਤ ਤੂੰ ਇਹ ਟ੍ਰੇਨਿੰਗ ਕਰ ਰਹੀ ਹੈ ਸੜਕ 'ਤੇ, ਹੈ ਨਾ ਤੇਰੇ ਟਾਇਰਾਂ ਵਾਲੇ ਬੂਟ ਪਾਏ ਆ? ਪਹਿਲਾਂ ਤਾਂ ਇਹ ਦੱਸ ਦੇ ਵੀ ਇਹ ਜਿਹੜੀ ਗੇਮ ਆ ਇਹ ਗੇਮ ਦਾ ਨਾਮ ਕੀ ਆ? ਸਕੇਟਿੰਗ ਬੋਰਡ। ਇੱਕ ਵਾਰੀ ਦੁਬਾਰਾ ਦੱਸੀ ਪੁੱਤ? ਸਕੇਟਿੰਗ ਬੋਰਡ। ਠੀਕ ਆ, ਕਿੰਨਾ ਟਾਈਮ ਹੋ ਗਿਆ ਪੁੱਤ ਇਹ ਜਿਹੜੀ ਗੇਮ ਦੀ ਟ੍ਰੇਨਿੰਗ ਕਰਦੇ ਨੂੰ ਤੈਨੂੰ? 10-12 ਦਿਨ। 10-12 ਦਿਨ ਹੋ ਗਏ। ਅਤੇ ਜੇ ਆਪਾਂ ਦੇਖੀਏ ਕਿਹੜੀ ਕਲਾਸ 'ਚ ਪੜ੍ਹਦਾ ਪੁੱਤ ਤੂੰ ਹੁਣ? ਫਿਫਥ ਕਲਾਸ 'ਚ। ਇਹ ਜਿਹੜੀ ਟ੍ਰੇਨਿੰਗ ਆਪਾਂ ਗਈਏ ਵੀ ਤੂੰ ਲੈ ਰਹੀ ਹੈ, ਇਹ ਕੋਈ ਸਕੂਲ ਵਾਲੀਓਂ ਲੈ ਰਹੇ ਹਾਂ ਪੁੱਤ ਕਿ ਕੋਈ ਹੋਰ ਜਿਹੜਾ ਕੋਚਿੰਗ ਸੈਂਟਰ ਆ ਨਾ ਉੱਥੋਂ ਲੈ ਰਹੇ ਹਾਂ ਤੁਸੀਂ? ਸਕੂਲ ਵਾਲੀਓਂ। ਕਿਹੜੇ ਸਕੂਲ 'ਚ ਪੜ੍ਹਦਾ ਪੁੱਤ ਤੂੰ? ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ। ਦੋਸਤੋ, ਸਭ ਤੋਂ ਪਹਿਲਾਂ ਤਾਂ ਆਪਾਂ ਜਿਹੜੀ ਸਰਕਾਰੀ ਪ੍ਰਾਇਮਰੀ ਸਕੂਲ ਦੀ ਤਾਰੀਫ਼ ਕਰਨੀ ਬਣਦੀ ਹੈ ਇੱਥੇ, ਕਿਉਂਕਿ ਸਰਕਾਰੀ ਸਕੂਲਾਂ ਦੇ ਵਿੱਚ ਜਿਹੜੀ ਇਹੋ ਜਿਹੇ ਬੱਚਿਆਂ ਨੂੰ ਹੈ ਨਾ ਇੰਨੀ ਵਧੀਆ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਜੋ ਕਿ ਆਉਣ ਵਾਲੇ ਸਮਿਆਂ ਦੇ ਵਿੱਚ ਆਪਣੇ ਦੇਸ਼ ਦਾ ਨਾਮ ਉੱਚਾ ਕਰੂਗੀ। ਇਹ ਜੈਸਮੀਨ ਗੁੜੀਆ ਜਿਹੜੀ ਅਤੇ ਆਪਣੇ ਸਾਰੇ ਮਾਂ ਪਿਓ ਆਪਣੇ ਮਾਂ ਬਾਪ ਦਾ ਸਾਰੇ ਦੇਸ਼ ਦਾ ਜਿਹੜਾ ਨਾਮ ਉੱਚਾ ਕਰੇਗੀ। ਅਤੇ ਆਪਣੀਆਂ ਵੀ ਦੁਆਵਾਂ ਇਸ ਬੱਚੀ ਲਈ ਕਿ ਪਰਮਾਤਮਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਇਸ ਗੁੜੀਆ ਨੂੰ। ਅਤੇ ਪੁੱਤ ਉਮਰ ਕਿੰਨੀ ਹੈ ਤੇਰੀ? ਉਮਰ 9 ਸਾਲ। 9 ਸਾਲ। ਅਤੇ ਕਿਹੜੀ ਕਲਾਸ 'ਚ ਪੜ੍ਹਦਾ ਪੁੱਤ ਤੋਂ? ਫਿਫਥ ਕਲਾਸ 'ਚ। ਦੋਸਤੋ ਦੇਖੋ ਵੀ ਫਿਫਥ ਕਲਾਸ ਦੀ ਇਹ ਵਿਦਿਆਰਥਣ ਆ ਛੋਟੀ ਜਿਹੀ ਬੱਚੀ ਜੈਸਮੀਨ ਅਤੇ 9 ਸਾਲ ਉਮਰ ਆ ਅਤੇ ਤਕਰੀਬਨ ਜੇ ਆਪਾਂ ਦੇਖੀਏ ਵੀ 12-12 ਦਾ ਟਾਈਮ ਸੀਗਾ, ਅਸੀਂ ਰਸਤੇ 'ਚ ਲੰਘ ਰਹੇ ਸੀਗੇ ਅਤੇ ਇਹ ਗੁੜੀਆ ਜਿਹੜੀ ਸੜਕ 'ਤੇ ਟ੍ਰੇਨ ਆਪਦੀ ਜਿਹੜੀ ਪ੍ਰੈਕਟਿਸ ਕਰ ਰਹੀ ਸੀਗੀ ਅਤੇ ਇਹਨੂੰ ਜਦੋਂ ਮੈਂ ਪੁੱਛਿਆ ਪਹਿਲਾਂ ਆਫ ਕੈਮਰਾ ਵੀ ਪੁੱਛਿਆ ਤਾਂ ਇਹ ਬੱਚੀ ਦੱਸ ਰਹੀ ਸੀਗੀ ਕਿ 1 ਘੰਟਾ ਸੁਬਹਾ ਅਤੇ 1 ਘੰਟਾ ਜਿਹੜਾ ਸ਼ਾਮ ਨੂੰ ਇਹ ਟ੍ਰੇਨਿੰਗ ਕਰਦੀ ਆ ਅਤੇ ਬਾਕੀ ਜਿਹੜੀ ਸਕੂਲ ਦੇ ਵਿੱਚ ਇਹਨਾਂ ਦੀ ਪ੍ਰੈਕਟਿਸ ਹੁੰਦੀ ਆ ਨਾ ਜਾਂ 1 ਘੰਟਾ ਹੁੰਦੀ ਆ 2 ਘੰਟੇ ਹੁੰਦੀ ਆ ਉਹ ਤਾਂ ਹੋਣੀ ਆ। ਉਸ ਤੋਂ ਇਲਾਵਾ ਇਹ ਦੱਸ ਰਹੀ ਸੀਗੀ ਜੈਸਮੀਨ ਗੁੜੀਆ ਵੀ 1 ਘੰਟਾ ਸੁਬਹਾ ਅਤੇ 1 ਘੰਟਾ ਸ਼ਾਮ ਨੂੰ ਜਿਹੜੀ ਟ੍ਰੇਨਿੰਗ ਕਰਦੀ ਆ। ਤਾਂ ਬਾਕੀ ਤੁਸੀਂ ਵੀ ਹੌਸਲਾ ਜ਼ਰੂਰ ਦਿਓ ਬੱਚੀ ਨੂੰ, ਜੇ ਬਾਕੀ ਆਪਣੇ ਜੈਸਮੀਨ ਗੁੜੀਆ ਦੀ ਗੇਮ ਵਧੀਆ ਲੱਗੀ ਤਾਂ ਗੇਮ ਅੱਗੇ ਜਿਹੜੀ ਵੀਡੀਓ ਅੱਗੇ ਵੀ ਆਪਣੇ ਭਰਾਵਾਂ ਨਾਲ ਸ਼ੇਅਰ ਕਰਿਓ। ਅਤੇ ਜੇ ਪਤਾ ਆਪਾਂ ਗੱਲ ਕਰੀਏ ਕਿੰਨੇ ਬੱਚੇ ਟ੍ਰੇਨਿੰਗ ਲੈ ਰਹੇ ਆ ਤੁਹਾਡੇ ਸਕੂਲ 'ਚ? 3 ਜਣੇ। 3 ਜਣੇ ਆ। ਅਤੇ ਤੈਨੂੰ ਪੁੱਤ ਖਤਾ ਨਹੀਂ ਲੱਗਦਾ ਹੁਣ? ਨਹੀਂ ਜੀ ਨਹੀਂ ਲੱਗਦਾ। ਠੀਕ ਆ, ਕੋਈ ਜਦੋਂ ਆਪਾਂ ਦੇਖੀਏ ਤਾਂ ਵੀ ਜਦੋਂ ਗੇਮ ਸਟਾਰਟ ਕੀਤੀ ਸੀ ਕੋਈ 1 ਵਾਰੀ ਡਿੱਗਿਆ ਡੁੱਗਿਆ ਤਾਂ ਨਹੀਂ? ਨਹੀਂ ਡਿੱਗਿਆ। ਹੁਣ ਜਿਵੇਂ ਸੜਕ 'ਤੇ ਚੱਲਦਾ ਕੋਈ ਡਰ ਤਾਂ ਨਹੀਂ ਲੱਗਦਾ? ਬਾਕੀ ਜੈਸਮੀਨ ਪੁੱਤ ਬਿਲਕੁਲ ਨਹੀਂ ਘਬਰਾਉਣਾ ਹੈ ਨਾ, ਅੱਗੇ ਵੀ ਜਿਹੜਾ ਆਪਦੀ ਮਿਹਨਤ ਇਸੇ ਤਰ੍ਹਾਂ ਹੀ ਜਾਰੀ ਰੱਖੀ ਪੁੱਤ, ਅਤੇ ਪਰਮਾਤਮਾ ਤੈਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ। ਅਤੇ ਬਾਕੀ ਦੋਸਤੋ ਜੇ ਗੇਮ ਵਧੀਆ ਲੱਗੀ ਗੁੜੀਆ ਦੀ ਤਾਂ ਅੱਗੇ ਆਪਣੇ ਭਰਾਵਾਂ ਨਾਲ ਜ਼ਰੂਰ ਸ਼ੇਅਰ ਕਰਿਓ। ਜਿਉਂਦੇ ਵਾਸਤੇ ਰਹੋ।